संत बाबा खजान सिंह सिवगिर तकिए वाले अते पहलवान सिरखी राम दी याद विच बतालीवां छिंज मेला करवाया गया। इस पेंडू खेड मेले दे विच कबड्डी ते पहलवानी दे उच्च कोटि दे खिडारियां ने जबरदस्त खेड दा प्रदर्शन कीता। कबड्डी शो मैच दुआबा वॉरियर सुरतपुर ते रॉयल किंग यूएसए दीआं टीमां दे विचकार खेडिया गया, जिस विच रॉयल किंग यूएसए दी टीम ने 39.5 अंकां दे मुकाबले 23 अंकां नाल हरा के जीत हासिल कीती। जेतू टीम नूं 81,000 अते उप जेतू टीम नूं 71,000 रुपयां दा नगद इनाम दिता गया। गग्गी खीरांवाली ते नाड़ चोट नूं बेस्ट रेडर ते फरियाद अली नूं बेस्ट जाफी एलानिया गया। खेड मेले दा उद्घाटन संत बाबा लीडर सिंह जी सैफलाबाद ते संत बाबा महात्मा मुनि खेड़ा पेट वालियां दे वल्लों कीता गया ते इनामां दी वंड भी कीती गई। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਤਾਲੀਵਾਂ ਛਿੰਝ ਮੇਲਾ ਉੱਚਾ, ਪਹਿਲਵਾਨ ਮਿਲਖੀ ਰਾਮ ਜੀ ਦੀ ਯਾਦ ਵਿੱਚ, ਸੰਤ ਬਾਬਾ ਖਜਾਨ ਸਿੰਘ ਦੀ ਤਕੀਆ ਵਾਲੇ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਮੈਂ ਸੰਤ ਬਾਬਾ ਲੀਡਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਚਾਰ ਚੰਦ ਮੇਲੇ ਵਿੱਚ ਗਾਲੀਆਂ ਤੇ ਲਾਏ ਹਨ ਸੰਤ ਬਾਬਾ ਲੀਡਰ ਸਿੰਘ ਜੀ ਤੇ ਸੰਤ ਬਾਬਾ ਜੀ ਖੇੜਾ ਪੇਟ ਵਾਲੇ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਉਹਨਾਂ ਨੇ ਪਹੁੰਚ ਕੇ, ਮਹਾਤਮਾ ਮੁਨੀ ਜੀ ਨੇ ਪਹੁੰਚ ਕੇ ਮੇਲੇ ਨੂੰ ਚਾਰ ਚੰਦ ਲਾਏ ਹਨ ਔਰ ਬਹੁਤ ਹੀ ਹਮੇਸ਼ਾ ਹੀ ਬਾਬਾ ਜੀ ਦਾ, ਲੀਡਰ ਸਿੰਘ ਜੀ ਦਾ, ਸੰਤਾਂ ਦਾ ਹਮੇਸ਼ਾ ਹੀ ਕਬੱਡੀ ਖਿਡਾਰੀਆਂ ਨੂੰ ਸਹਿਯੋਗ ਰਿਹਾ ਹੈ। ਉਹ ਹਮੇਸ਼ਾ ਹੀ ਉਹ ਸੇਵਾ ਕਰਦੇ ਆਏ ਹਨ, ਬਹੁਤ ਵੱਧ ਚੜ੍ਹ ਕੇ ਮੇਲਿਆਂ ਦੀ ਸੇਵਾ ਕਰਾਉਂਦੇ ਹਨ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਿੱਚ ਬਹੁਤ ਜ਼ਿਆਦਾ ਉਹਨਾਂ ਦਾ ਯੋਗਦਾਨ ਰਿਹਾ ਹੈ। ਮੈਂ ਸੁੱਚਾ ਨਿਵਾਸੀ ਹਾਂ ਸਾਰੇ ਗੁੱਗਾ ਵੀਰ ਜੀ, ਆਪਣਾ ਬਿਕਰਮ ਸਿੰਘ ਉੱਚਾ ਜੀ, ਯਾਦਵ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇਹਨਾਂ ਨੇ ਵੀ ਵੱਧ ਚੜ੍ਹ ਕੇ ਮੇਲੇ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ। ਇਹਨਾਂ ਦੇ ਸਹਿਯੋਗ ਨਾਲ ਹੀ ਮੇਲੇ ਵਿੱਚ ਸਾਰਾ ਕੰਮ ਕਰਵਾਇਆ ਜਾਂਦਾ ਹੈ। ਨੌਜਵਾਨਾਂ ਨੂੰ ਮੈਂ ਕਹਿੰਦਾ ਹਾਂ ਕਿ ਹਮੇਸ਼ਾ ਹੀ ਕਬੱਡੀ ਨਾਲ ਜੁੜ ਕੇ, ਘੋਲਾ ਨਾਲ ਜੁੜ ਕੇ ਨਸ਼ਿਆਂ ਤੋਂ ਬਚਿਆ ਜਾ ਸਕਦਾ ਹੈ। ਇਹ ਵੀਰਾਂ ਨੂੰ ਹਮੇਸ਼ਾ ਹੀ ਬੇਨਤੀ ਹੈ ਕਿ ਨਸ਼ਿਆਂ ਤੋਂ ਬਚਣ ਅਤੇ ਖੇਡਾਂ ਨਾਲ ਜੋੜਨ, ਕਿਸੇ ਵੀ ਗੇਮ ਦੇ ਨਾਲ ਜੋੜਨ, ਜੋ ਮੇਰੇ ਵੀਰ ਭੈਣ ਭਰਾ ਇਹਨਾਂ ਨਸ਼ਿਆਂ ਤੋਂ ਬਚੇ ਜਾ ਸਕਦਾ ਹੈ। ਪਹਿਲਵਾਨ ਮਿਲਖੀ ਰਾਮ ਜੀ ਸੰਤ ਬਾਬਾ ਖਜਾਨ ਸਿੰਘ ਜੀ ਦੀ ਯਾਦ ਵਿੱਚ 46ਵਾਂ ਖਿੰਝ ਮੇਲਾ ਜਿਹੜਾ ਕਰਵਾਇਆ ਜਾ ਰਿਹਾ, ਜਿਹਦੇ ਵਿੱਚ ਸੰਤ ਬਾਬਾ ਲੀਡਰ ਸਿੰਘ ਜੀ ਗੁਰਸਾਹਿਬ ਵਾਲੇ, ਸੰਤ ਬਾਬਾ ਜੀ ਖੇੜਾ ਪੇਟ ਵਾਲੇ ਦਾ ਬਹੁਤ ਸਹਿਯੋਗ ਵਾ। ਅੱਜ ਬਹੁਤ ਹੀ ਵਧੀਆ ਮੱਲਾਂ ਨੇ ਹਾਜ਼ਰੀ ਭਰੀ ਆ, ਕਬੱਡੀ ਦੇ ਵਧੀਆ ਕਲੱਬ ਜਿਹੜੇ ਆ ਇੱਥੇ ਹਾਜ਼ਰ ਹੋਏ ਆ। ਜੱਸਾ ਪੱਟੀ ਅਤੇ ਧਰਮਿੰਦਰ ਘੁਹਾਲੀ ਦੀ ਜਿਹੜੀ ਕੁਸ਼ਤੀ ਆ ਉਹ ਅੱਜ ਮਾਲੀ ਦੀ ਕੁਸ਼ਤੀ ਇੱਥੇ ਖੜਾਈ ਜਾ ਰਹੀ ਆ, ਜਿਹੜੀ ਕਿ ਬਹੁਤ ਜ਼ਿਆਦਾ ਡਿਮਾਂਡ ਸੀ ਸਾਡੇ ਇਲਾਕੇ ਦੀ, ਅਤੇ ਉਹ ਅੱਜ ਇੱਥੇ ਪਹਿਲਵਾਨਾਂ ਨੇ ਸਾਡੀ ਬੇਨਤੀ ਮੰਨ ਕੇ ਅਤੇ ਇੱਥੇ ਪਹੁੰਚੇ ਆ, ਅਤੇ ਉਹਨਾਂ ਦੀ ਅੱਜ ਮਾਲੀ ਦੀ ਕੁਸ਼ਤੀ ਕਰਾਈ ਜਾ ਰਹੀ ਆ। 46ਵਾਂ ਖੇਡ ਮੇਲਾ ਕਰਵਾਇਆ ਜਾ ਰਿਹਾ ਜੀ। ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਜੀ, ਵੱਧ ਤੋਂ ਵੱਧ ਖੇਡ ਜਗਤ ਨਾਲ ਜੁੜੋ ਜੀ, ਤੇ ਵੱਧ ਤੋਂ ਵੱਧ ਮਿਹਨਤ ਕਰੋ, ਨਸ਼ਿਆਂ ਨੂੰ ਛੱਡੋ, ਚੰਗੇ ਕੰਮ ਕਰੋ, ਸਪੋਰਟਸਮੈਨ ਬਣੋ, ਆਪਣੀ ਸਿਹਤ ਦਾ ਖਿਆਲ ਰੱਖੋ। ਨਗਰ ਨਿਵਾਸੀ, ਪਿੰਡ ਉੱਚਾ, ਇਲਾਕਾ ਨਿਵਾਸੀ ਅਤੇ NRI ਵੀਰਾਂ ਦੇ ਸਹਿਯੋਗ ਨਾਲ ਇਹ ਸਾਲਾਨਾ ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ ਅੱਜ ਕਰਾਇਆ ਜਾ ਰਿਹਾ। ਇਹ 46ਵਾਂ ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ, ਜਿਸ ਵਿੱਚ ਕਬੱਡੀ ਦੀਆਂ ਕਲੱਬਾਂ ਨੇ ਭਾਗ ਲਿਆ। ਇਸ ਤੋਂ ਇਲਾਵਾ ਪਟਕੇਰੀ ਕੁਸ਼ਤੀ ਵਿੱਚ ਰੁਸਤਮ ਪਹਿਲਵਾਨ ਜੱਸਾ ਪੱਟੀ ਦੀ ਕੁਸ਼ਤੀ ਪਹਿਲੇ ਨੰਬਰ ਦੀ ਝੰਡੀ 'ਤੇ ਹੋਈ, ਦੂਸਰੇ ਨੰਬਰ ਦੀ ਝੰਡੀ 'ਤੇ ਕੁਸ਼ਤੀ, ਤੀਸਰੇ ਨੰਬਰ ਦੀ 'ਤੇ, ਇਸ ਤਰ੍ਹਾਂ 5 ਕੁਸ਼ਤੀਆਂ ਝੰਡੀ ਦੀਆਂ ਹੋਈਆਂ ਜੀ। ਇਸ ਵਿੱਚ ਸਾਰੀ ਇਲਾਕੇ ਦੀ ਸੰਗਤ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। TVNRI ਸਪੋਰਟਸ ਲਈ ਇੰਦਰਜੀਤ ਸਿੰਘ ਚਾਹਲ ਦੀ ਰਿਪੋਰਟ।